ਵਿਦਿਆ ਮਾਰਤੰਡ ਸੰਤ ਬਾਬਾ ਗੁਰਭਜਨ ਸਿੰਘ ਜੀ ਖਾਲਸਾ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਕੀਰਤਪੁਰ ਸਾਹਿਬ ਅਤੇ ਰੋਪੜ ਵਿਖੇ ਭੱਠਾ ਸਾਹਿਬ ਜੀ ਦੀ ਯਾਤਰਾ ਕਰਦੇ ਹੋਏ ਸ਼੍ਰੀ ਚਮਕੌਰ ਸਾਹਿਬ ਆ ਗਏ। ਇੱਥੇ ਵੀ ਆਪ ਜੀ ਨੇ ਸ਼੍ਰੀ ਬੌਲੀ ਸਾਹਿਬ ਜੀ ਦੇ ਗਲ ਗਲ ਤੱਕ ਪਾਣੀ ਵਿੱਚ ਖਲੋ ਕੇ 40 ਦਿਨ 125,000 ਮੂਲ ਮੰਤਰ ਦਾ ਜਾਪ ਕੀਤਾ। ਰਾਤ ਦੇ 8 ਵਜੇ ਬੌਲੀ ਸਾਹਿਬ ਵਿੱਚ ਪ੍ਰਵੇਸ਼ ਹੋ ਜਾਂਦੇ ਅਤੇ ਅੰਮ੍ਰਿਤ ਵੇਲੇ 4 ਵਜੇ ਨਿਕਲਦੇ। ਇਹਨਾਂ ਦਿਨਾਂ ਵਿੱਚ ਬੜੇ ਬੜੇ ਸ਼ਹੀਦਾਂ ਦੇ ਵੀ ਦਰਸ਼ਨ ਹੁੰਦੇ ਰਹੇ। ਅਖੀਰਲੇ ਦਿਨ 4 ਵਜੇ ਸੰਤ ਜੀ ਬੌਲੀ ਸਾਹਿਬ ਤੋਂ ਬਾਹਰ ਨਿਕਲੇ ਤਾਂ ਅੱਗੇ ਚੌਗਾਠ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡਾ ਸਰੀਰ ਧਾਰ ਕੇ 40 ਸ਼ਹੀਦ ਸਿੰਘਾਂ ਨਾਲ ਖੜ੍ਹੇ ਸਨ। ਸੰਤ ਜੀ ਨੇ ਦੱਸਿਆ, ਮੈਨੂੰ ਵੀ ਸਤਿਗੁਰੂ ਜੀ ਕਹਿਣ ਲੱਗੇ, ਤੂੰ ਵੀ ਵਿੱਚ ਹੀ ਆ ਜਾ। ਸੰਤ ਜੀ ਨੇ ਦੱਸਿਆ, ਮੇਰੀਆਂ ਵੱਖੀਆਂ ਨੂੰ ਤਾਂ ਗੁਰੂ ਜੀ ਦੇ ਹਸਤ ਕਮਲਾਂ ਦੀਆਂ ਉਂਗਲੀਆਂ ਦੇ ਸਿਰਫ ਪੋਟੇ ਹੀ ਲੱਗੇ, ਜਿਸ ਨਾਲ ਅਕਥਨੀਏ ਆਨੰਦ ਪ੍ਰਾਪਤ ਹੋਇਆ। ਸਰੀਰਕ ਚੇਤਾ ਹੀ ਭੁੱਲ ਗਿਆ। ਫਿਰ ਮੈਂ ਨਿਤਨੇਮ ਪੂਰਾ ਕਰਕੇ ਵਾਪਸ ਪਿੰਡ ਅਖਾੜੇ ਆ ਗਿਆ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਵਾਹਿਗੁਰੂ ਮੰਤਰ ਦਾ 40 ਦਿਨ 125,000 ਜਾਪ ਕਰਕੇ ਅਥਾਹ ਰਸ ਦੇ ਨਾਲ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਮਤਕਾਰਾਂ ਦਾ ਵੀ ਆਨੰਦ ਮਾਣਿਆ।